ਇਹ ਮਤਲਬ ਪਹਿਲਾਂ ਵੀ ਆਪਣੇ ਕੋਲ ਹਾਲੈਂਡ ਹੀ ਸੀਗਾ ਹਾਲੈਂਡ ਹੀ ਸੀਗਾ ਜੀ ਮਤਲਬ ਕਟੜੀ ਹਾਲੈਂਡ ਲਵਰ ਨੂੰ ਪੂਰੇ ਹਾਂ ਜੀ ਹਾਲੈਂਡ ਹੀ ਠੀਕ ਹੈ ਜੀ ਪਹਿਲਾਂ ਆਪਣੇ ਕੋਲ ਕਿਹੜਾ ਸੀਗਾ ਜੀ 5020 ਸੀ ਉਸ ਤੋਂ ਪਹਿਲਾਂ 3702 ਸੀ ਠੀਕ ਹੈ ਜੀ 3630 ਸੀ ਉਹ 6010 ਵੀ ਆਪਣਾ ਹੀ ਹੈ ਠੀਕ ਆ ਠੀਕ ਮਿੱਤਰੋ ਤੇ ਅੱਜ ਵਾਲੀ ਵੀਡੀਓ ਆਪਾਂ ਕਸਟਮਰ ਰਿਵਿਊ ਤੇ ਬਣਾ ਰਹੇ ਹਾਂਗੇ ਤੇ 5020 ਟਰੈਕਟਰ ਹੈਗਾ CRDI ਤੇ ਬਾਈ ਹੁਣੇ ਤੂੜੀ ਵਾਲੀ ਮਸ਼ੀਨ ਤੇ ਚਲਾ ਰਹੇ ਹੈਗੇ ਤੇ ਬਾਈ ਹੁਣਾਂ ਤੋਂ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਦਿੰਦੇ ਹਾਂ ਤੇ ਜਿਹੜੇ ਵੀਡੀਓ ਤੇ ਆਏ ਆ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਸਪੈਸ਼ਲ ਇਹ ਨਿਊ ਹਾਲੈਂਡ ਲਵਰ ਵਾਸਤੇ ਹੋਣ ਵਾਲੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਤੇ ਜੀ ਆਪਾਂ ਪਹਿਲਾਂ ਟਰੈਕਟਰ ਦੀ ਗੱਲ ਕਰੀ ਜੀ ਆਪਣਾ ਟਰੈਕਟਰ ਕਿੰਨੇ ਮਾਡਲ ਹੈ ਜੀ ਇਹ ਹੁਣੇ ਲਿਆ ਜੀ ਇਹ ਮਹੀਨਾ ਕੀ ਹੋਇਆ ਠੀਕ ਹੈ ਜੀ ਜਾਨੀ ਕਿ 2023 ਮਾਡਲ ਠੀਕ ਹੈ ਜੀ ਅਪ੍ਰੈਲ ਦੀ ਆਪਾਂ ਮੰਨ ਲਈ ਹੈ ਨਾ ਜੀ ਅਪ੍ਰੈਲ ਚ ਠੀਕ ਹੈ ਜੀ ਤੇ ਪਹਿਲਾਂ ਆਪਾਂ ਕੱਲਾ ਹੁਣ ਤੂੜੀ ਦੀ ਚਲਾਇਆ ਜਾਂ ਪਹਿਲਾਂ ਵੀ ਆਪਾਂ ਕੋਈ ਮਤਲਬ ਕੀ ਵਾਹੀ ਜਾਂ ਕੋਈ ਤੋਂ ਵੀ ਤੂੜੀ ਤੇ ਚਲਾਇਆ ਹਜੇ ਤੱਕ ਠੀਕ ਹੈ ਜੀ ਜੇ ਹੁਣ ਤਾਂ ਜੇ ਆਪਾਂ ਹੁਣ ਤੱਕ ਗੱਲ ਕਰੀਏ ਤਾਂ ਆਪਾਂ ਕਿੰਨੀਆਂ ਟਰਾਲੀਆਂ ਬਣਾਤੀਆਂ ਜੀ 350 ਬਣ ਗਈ ਹੁਣ ਤੱਕ ਠੀਕ ਹੈ ਜੀ ਜਿਵੇਂ ਅੱਧੇ ਲੋਕ CRDI ਤੋਂ ਡਰਦੇ ਨੇ ਵੀ ਡੈੱਕ ਨਹੀਂ ਲੱਗਣਾ ਲਾਈਟਾਂ ਨਹੀਂ ਲੱਗਣਾ ਤੇ ਫਿਰ ਤੁਹਾਨੂੰ ਮਤਲਬ ਕਿੱਦਾਂ ਇਦਾਂ ਵੀ ਨਾ ਨਾ ਕੋਈ ਚੱਕਰ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਡੈੱਕ ਵੀ ਲਾਇਆ ਲਾਈਟਾਂ LED ਲਾਈਟਾਂ ਵੀ ਲਾਈਆਂ ਹੋਈਆਂ ਨੇ ਠੀਕ ਹੈ ਜੀ ਕੋਈ ਚੱਕਰ ਨਹੀਂ ਹੈ ਮਤਲਬ ਆਪਣੇ ਲੋਕ ਹਜੇ CRDI ਤੋਂ ਡਰ ਰਹੇ ਨੇ ਉਹ ਕਹਿੰਦੇ ਵੀ CRDI ਚੱਲਦਾ ਨਹੀਂ ਆਪਣੇ ਨੁਕਸ ਵਾਲੇ ਪੈਂਦੇ ਨੇ ਖਰਚਾ ਬੜਾ ਕਰਾਉਂਦਾਗਾ ਕੋਈ ਖਰਚਾ ਨਹੀਂ ਖਰਚਾ ਵੀ ਦੂਜੇ ਟਰੈਕਟਰ 'ਚ ਨਹੀਂ ਆ ਹਾਂਜੀ ਨੁਕਸ ਕੋਈ ਨਹੀਂ ਹੈਗਾ ਉਵੇਂ ਹੀ ਚਲਾਉਣੇ ਆ ਅਸੀਂ ਕੋਈ ਇਹੀ ਨਹੀਂ ਹੈਗਾ ਵੀ ਉਹ ਤੋਂ ਅਲੱਗ ਸਾਂਭ ਕੇ ਚਲਾਉਣੇ ਆ ਜਿਵੇਂ ਦੂਜੇ ਚਲਾਉਂਦੇ ਹੀ ਉਵੇਂ ਇਹਨੂੰ ਚਲਾਉਣੇ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਹੁਣ ਤੱਕ ਆਪਾਂ ਕਿੰਨੀ ਟਰਾਲੀ ਬਣਾਤੀ ਜੀ 350 ਟਰਾਲੀ ਬਣਾਤੀ ਠੀਕ ਹੈ ਜੀ ਜੇ ਆਪਾਂ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਹੁਣ ਤੱਕ ਕਿੰਨੀਆਂ ਬਣਾਤੀਆਂ ਇਹ 13ਵੀਂ 14ਵੀਂ ਟਰਾਲੀ ਲੱਗ ਰਹੀ ਆ ਹੁਣ ਠੀਕ ਹੈ ਜੀ ਤੇ ਬਾਕੀ ਮਿੱਤਰੋ ਆਪਾਂ ਤੁਹਾਨੂੰ ਪਿੱਛੇ ਦਿਖਾਉਂਦੇ ਆ ਐਗਰੀ ਜ਼ੋਨ ਦਾ ਬਾਈ ਹੁਣਾਂ ਕੋਲ ਰੀਪਰ ਹੈਗਾ ਤੇ ਬਾਈ ਹੁਣੀ ਕਹਿੰਦੇ ਐਗਰੀ ਜ਼ੋਨ ਦਾ ਸਾਨੂੰ ਬਹੁਤ ਸੋਹਣਾ ਲੱਗਦਾਗਾ ਤੇ ਜੇ ਆਪਾਂ ਹੋਰ ਕੋਈ ਟਰੈਕਟਰ ਦੀ ਗੱਲ ਕਰੀਏ ਜੀ ਮਤਲਬ ਪਹਿਲਾਂ ਵੀ ਆਪਣੇ ਕੋਲ ਹਾਲੈਂਡ ਹੀ ਸੀਗਾ ਹਾਲੈਂਡ ਹੀ ਸੀਗਾ ਮਤਲਬ ਕੱਟੜੀ ਹਾਲੈਂਡ ਲਵਰ ਨੂੰ ਪੂਰੇ ਹਾਂ ਜੀ ਹਾਲੈਂਡ ਹੀ ਠੀਕ ਹੈ ਜੀ ਪਹਿਲਾਂ ਆਪਣੇ ਕੋਲ ਕਿਹੜਾ ਸੀਗਾ ਜੀ 5020 ਸੀ ਉਸ ਤੋਂ ਪਹਿਲਾਂ 3602 ਸੀ ਠੀਕ ਹੈ ਜੀ 3630 ਸੀ ਉਹ 6010 ਵੀ ਆਪਣਾ ਹੀ ਹੈ ਠੀਕ ਆ ਠੀਕ ਹੈ ਜੀ ਤੇ ਮਤਲਬ ਕੀ ਖਾਸੀਅਤ ਕੀ ਲੱਗਦੀ ਹੈ ਇਹਦੀ ਜ਼ਿਆਦਾ ਟਰੈਕਟਰ ਦੀ ਖਾਸੀਅਤ ਇਹ ਇੱਕ ਤਾਂ ਮੋਡੀਫਾਈ ਬਹੁਤ ਕਰਿਆ ਹੋਇਆ ਕੋਈ ਇਹੋ ਜਿਹਾ ਨਹੀਂ ਆਵਾਜ਼ ਨਹੀਂ ਬਾਹਲੀ ਕੋਈ ਵਾਈਬ੍ਰੇਸ਼ਨ ਨਹੀਂ ਠੀਕ ਹੈ ਜੀ ਖਰਚਾ ਨਹੀਂ ਹੈਗਾ ਇਹਨਾਂ ਤਿੰਨ ਮੋਡ ਨੇ ਇਹ 'ਚ 45 55 65 ਹਾਂਜੀ ਹਾਂਜੀ ਪਾਵਰ ਜੇ ਹੁਣ ਆਪਾਂ ਰੋਡ 'ਤੇ ਜਾਣਾ ਤਾਂ 45 'ਤੇ ਜਾ ਕੇ ਜਿਵੇਂ ਮਰਜ਼ੀ ਲਿਜਾ ਸਕਦੇ ਹਾਂ ਖਰਚਾ ਘਟਾਓ ਠੀਕ ਹੈ ਜੀ ਤੇ ਜੇ ਹੁਣ ਆਪਾਂ ਪੁਲੀਆਂ ਦੀ ਗੱਲ ਕਰੀਏ ਤਾਂ ਪੁਲੀਆਂ ਤੁਸੀਂ ਚੇਂਜ ਕੀਤੀਆਂ ਨੇ ਜੀ ਹਾਂ ਪੁਲੀਆਂ ਕੰਪਨੀ ਵਾਲੇ ਆਪ ਆ ਕੇ ਚੇਂਜ ਕਰਕੇ ਗਏ ਸੀ ਜਾਨੀ ਇਹਦੇ ਨਾਲ ਚੱਕਰ ਮਿਲਾ ਕੇ ਗਏ ਨੇ ਠੀਕ ਹੈ ਜੀ ਮਸ਼ੀਨ ਦੇ ਜਿਵੇਂ ਆਪਾਂ ਪਹਿਲਾਂ ਪੁਲੀਆਂ ਦੀ ਗੱਲ ਕਰਦੇ ਸੀ ਤੇ ਜੇ ਕਿਸੇ ਬਾਈ ਨੇ ਚੇਂਜ ਕਰਨੀ ਹੋਈ ਮੜੇ ਇੱਕ ਵਾਰ ਦੱਸ ਦਿਓ ਵੀ ਕਿਹੜੀਆਂ ਪਾਈਆਂ ਨੇ ਆਪਾਂ 12-9-10 ਦੀ ਪਾਈ ਹੋਈ ਆ ਤੇ ਠੀਕ ਹੈ ਜੀ ਤੇ ਕੰਪਨੀ ਵਾਲੇ ਕੀ ਕਹਿੰਦੇ ਸੀਗੇ ਕੰਪਨੀ ਵਾਲੇ 12-9 ਦੀ ਕਹਿੰਦੇ ਸੀ ਅੱਛਾ ਜੀ ਉਹਦੇ ਨਾਲ ਮਸ਼ੀਨ ਦੇ ਚੱਕਰ ਵੱਧਦੇ ਸੀ ਟਰੈਕਟਰ ਲੋਡ ਲੈਂਦਾ ਸੀ ਠੀਕ ਹੈ ਜੀ ਟਰੈਕਟਰ ਘੱਟ ਸਪੀਡ ਤੇ ਚੱਲਦਾ ਸੀ ਠੀਕ ਹੈ ਜੀ ਜੇ ਇੱਕ ਗੱਲ ਆਪਾਂ ਹੋਰ ਕਰੀਏ ਜਿਵੇਂ ਹੁਣ ਚਲੋ ਮੈਂ ਬਾਈ ਹੁਣਾਂ ਰੋਕ ਲਿਆ ਨਾ ਬਾਈ ਹੁਣੀ ਕੰਮ ਕਰਦੇ ਸੀ ਤੇ ਜੇ ਆਪਾਂ ਗੱਲ ਕਰੀਏ ਆਪਣੀ ਟਰਾਲੀ ਕਿੰਨੇ ਟਾਈਮ 'ਚ ਭਰ ਜਾਂਦੀ ਹੈ ਜੀ 25-30 ਮਿੰਟ ਠੀਕ ਹੈ ਜੀ ਹਾਂ ਜੀ ਬਾਕੀ ਲਾਂਗੇ ਦੇ ਹਿਸਾਬ ਨਾਲ ਹੁੰਦਾ ਕਈ ਵਾਰੀ ਘੱਟ ਵੱਧ ਹੁੰਦਾ ਠੀਕ ਹੈ ਜੀ 20 ਮਿੰਟ ਤੋਂ ਥੱਲੇ ਵੀ ਭਰੀ ਆਏ ਤਾਂ ਠੀਕ ਹੈ ਜੀ 18 ਮਿੰਟਾਂ 'ਚ ਵੀ ਭਰੀ ਆ ਠੀਕ ਹੈ ਜੀ ਜੇ ਆਪਾਂ ਐਵਰੇਜ ਦੀ ਗੱਲ ਕਰੀਏ ਫਿਰ ਐਵਰੇਜ ਕੱਢੀ ਇੱਕ ਟਰਾਲੀ ਤੇ ਕਿੰਨਾ ਤੇਲ ਖਾਂਦਾ ਹਾਂ ਜੀ 4 ਲੀਟਰ ਤੋਂ ਥੱਲੇ ਹੀ ਰਹਿੰਦਾ ਠੀਕ ਹੈ ਉਹਨਾਂ ਟੈਂਕੀ ਭਰ ਕੇ ਲਾਇਆ ਸੀ ਹਾਂਜੀ 65 ਲੀਟਰ ਦੀ ਟੈਂਕੀ ਆ 14ਵੀਂ ਟਰਾਲੀ ਲੱਗ ਰਹੀ ਆ ਹਜੇ ਤੇਲ ਪਿਆ ਇਹਦੇ 'ਚ ਠੀਕ ਹੈ ਜੀ ਹਜੇ ਪਾਇਆ ਨਹੀਂ ਸੀ ਠੀਕ ਹੈ ਜੀ ਤੇ ਗਰਮ ਗੁਰਮ ਦਾ ਕੀ ਚੱਕਰ ਆ ਜੀ ਹੁੰਦਾ ਕਿ ਨਹੀਂ ਕੋਈ ਗਰਮ ਨਹੀਂ ਹੁੰਦਾ ਜੀ ਕਦੇ ਅਸੀਂ ਇਹਦੇ ਪਾਣੀ ਨਹੀਂ ਪਾਇਆ ਕੁਝ ਨਹੀਂ ਪਾਇਆ ਅੱਛਾ ਜੀ ਜਦੋਂ ਜਿਵੇਂ ਲਿਆਂਦਾ ਉਵੇਂ ਜਿਵੇਂ ਕੰਪਨੀ ਫਿੱਟਡ ਆਇਆ ਉਵੇਂ ਚਲਾਇਆ ਬਸ ਆ ਲਾਈ ਆ ਵੀ ਗਰਦ ਅੰਦਰ ਨਾ ਜਾਵੇ ਇਹਦੇ ਤੇ ਬਾਕੀ ਮਿੱਤਰੋ ਵੇਟ ਲੱਗੇ ਨੇ ਤੇ ਬਾਕੀ ਜੇ ਤੁਸੀਂ ਜਾ ਕੇ ਆਪਣੀ ਵੀਡੀਓ ਜਾ ਕੇ ਚੈੱਕ ਕਰ ਲਿਓ ਆਪਾਂ ਇਹਦਾ ਫੁੱਲ ਰਿਵਿਊ ਵੀਡੀਓ ਆਪਣੇ ਚੈਨਲ ਤੇ ਪਈ ਆ ਜਿਹੜੇ ਬਾਈ ਨੇ ਨਹੀਂ ਦੇਖੀ ਉਹ ਜਾ ਕੇ ਚੈੱਕ ਕਰ ਲਿਓ ਤੇ ਹੋਰ ਆਪਾਂ ਕਿਹੜੀ ਕਿਹੜੀ ਮੋਡੀਫਿਕੇਸ਼ਨ ਕੀਤੀ ਹੈ ਜੀ ਇਹ 'ਚ ਹੋਰ ਕੁਛ ਨਹੀਂ ਕਰਿਆ ਡੈੱਕ ਲਵਾ ਜਾਂ ਲਾਈਟਾਂ ਲਾਈਆਂ ਨੇ ਠੀਕ ਹੈ ਬਾਕੀ ਕੰਪਨੀ ਦਾ ਕੁਝ ਤੇ ਫਿਰ ਆਪਾਂ ਨਿਊ ਹਾਲੈਂਡ ਨਾਲ ਕਿੰਨੇ ਟਾਈਮ ਤੋਂ ਜੁੜੇ ਹੋਏ ਜੀ ਪਹਿਲਾ ਟਰੈਕਟਰ ਆਪਾਂ ਨਿਊ ਹਾਲੈਂਡ ਦਾ ਕਦੋਂ ਲਿਆ ਸੀਗਾ 2012 'ਚ ਠੀਕ ਹੈ ਜੀ ਉਦੋਂ ਦੇ 12 ਦੀ ਜੁੜੇ ਹੋਏ 12 ਦਾ ਕਿਹੜਾ ਕਿਹੜਾ ਲਿਆ ਸੀਗਾ ਜੀ 3630 ਸਪੈਸ਼ਲ ਐਡੀਸ਼ਨ ਤੇ ਫਿਰ ਉਹਦਾ ਇਹਨੇ ਕੇਮ ਸਾਫਟ ਚੇਂਜ ਹੋ ਜਾਂਦੀ ਹੈ ਕੀਤੀ ਸੀਗੀ ਜੀ ਫਿਰ ਕੇਮ ਕੀਤੀ ਸੀ ਹਾਂ ਫਿਰ ਖਰਚਾ ਘਟਾਇਆ ਸੀਗਾ ਜੀ ਖਰਚਾ ਘਟਾਇਆ ਸੀ ਪਾਵਰ ਵੱਧ ਜਾਂਦੀ ਆ ਕਿੰਨੇ HP �ਹੋ ਗਿਆ ਸੀ ਫਿਰ ਉਹ ਜੀ ਉਹ 55 HP ਸੀਗਾ ਜਾਂ ਨਹੀਂ ਉਹਦੇ ਨਾਲ ਬਾਅਦ ਚ ਤਾਂ ਕੀ ਪਤਾ ਲੱਗਦਾ ਹੁਣ ਜਾਨੀ ਵੱਧਦਾ ਹੋ ਜਾਂਦਾ 65 ਹਾਂ ਜੀ ਤੇ ਕਹਿੰਦੇ ਵੀ ਖਰਚਾ ਵੀ ਫਿਰ ਘਟ ਜਾਂਦਾ ਉਹਦੇ ਨਾਲ ਖਰਚਾ ਤਾਂ ਘਟਾਉਂਦਾ ਹਾਂ ਤੇ ਇੱਕ ਚੀਜ਼ ਹੋਰ ਵੀ ਹੈ ਕਹਿੰਦੇ ਜਦੋਂ ਆਪਾਂ ਕੇਮ ਚੇਂਜ ਕਰਦੇ ਹਾਂਗੇ ਤਾਂ ਜਿਵੇਂ ਪਹਿਲਾਂ ਕਹਿੰਦੇ ਉਹ ਤੇਲ ਕਾਲਾ ਕਰਦਾ ਫਿਰ ਉਹ ਤੇਲ ਦੀ ਵੀ ਦਿੱਕਤ ਘੱਟ ਆਉਂਦੀ ਹੈ ਤੇਲ ਘੱਟ ਕਾਲਾ ਕਰਦਾ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਉਹ ਤਾਂ ਕੇਮ ਦਾ ਤੇਲ ਨਾਲ ਕੋਈ ਮਤਲਬ ਹੀ ਨਹੀਂ ਅੱਛਾ ਜੀ ਮਤਲਬ ਅੱਧ ਕਹਿੰਦੇ ਆ ਵੀ ਕੇਮ ਜਦੋਂ ਆਪਾਂ ਚੇਂਜ ਕਰ ਦਿੰਦੇ ਆ ਤਾਂ ਜਿਵੇਂ ਤੇਲ ਪਹਿਲਾਂ ਛੇਤੀ ਕਾਲਾ ਹੁੰਦਾ ਫਿਰ ਹੌਲੀ ਘੱਟ ਨਹੀਂ ਨਹੀਂ ਉਹਦੇ ਨਾਲ ਕੋਈ ਚੱਕਰ ਨਹੀਂ ਪੈਂਦਾ ਇਹ ਠੀਕ ਹੈ ਜੀ ਪਰ ਹੁਣ ਵੀ ਹੁਣ ਤਾਂ ਕਹਿੰਦੇ 37 ਇਹਨਾਂ ਨੇ ਬੰਦ ਕਰਤਾ ਸੀ CRDI ਕਰਕੇ ਹਾਂ